ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਿਕੀ ਸੰਧੂ ਹੋਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ ਅੱਜ ਗੱਲ ਕਰਦੇ ਹਾਂ ਯੂਕੇ ਸਟੂਡੈਂਟ ਵੀਜ਼ਾ ਦੀ। ਕਈ ਇੱਦਾਂ ਦੇ ਐਪਲੀਕੈਂਟਸ ਆ ਜਿਨ੍ਹਾਂ ਨੂੰ ਹਜੇ ਵੀ ਇਸ ਚੀਜ਼ ਦਾ ਵਹਿਮ ਹੈ ਕਿ ਮੇਨ ਟੇਕ ਬੜੀ ਦੂਰ ਆ, ਕਰਾ ਲਾਂਗੇ ਫਿਰ ਬਹੁਤ ਟਾਈਮ ਪਿਆ। ਸੋ ਇੱਕ ਜਨਰਲ ਜੀ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਮਾਲ 'ਚ ਹਰ ਕੋਈ ਇਨਸਾਨ ਸ਼ੋਪਿੰਗ ਕਰਨ ਜਾਂਦਾ, ਜਦੋਂ ਆਪਾਂ ਸਮਾਨ ਆਪਣਾ ਪਰਚੇਜ਼ ਕਰਦੇ ਉਹਦੀ ਬਿਲਿੰਗ ਕਰਾਉਣ ਦੇ ਟਾਈਮ 'ਤੇ ਆਪਾਂ ਬਿਲਿੰਗ ਕਾਊਂਟਰ 'ਤੇ ਜਾਂਦੇ ਹਾਂ, ਉੱਥੇ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ। ਸੋ ਜਿਹੜਾ ਬੰਦਾ ਪਹਿਲਾਂ ਕਾਊਂਟਰ 'ਤੇ ਪਹੁੰਚਦਾ ਉਹਦਾ ਬਿੱਲ ਹੁੰਦਾ, ਬਾਕੀ ਸਾਰੇ ਸੀਕੁਐਂਸ ਦੇ ਵਿੱਚ ਲਾਈਨ 'ਚ ਲੱਗ ਜਾਂਦੇ ਆ। ਸੋ ਸਿਮਿਲਰ ਜੀ ਚੀਜ਼ ਹੈ ਤੁਹਾਡੀ ਇਮੀਗ੍ਰੇਸ਼ਨ ਐਪਲੀਕੇਸ਼ਨ ਦੇ ਵਿੱਚ, ਜਦੋਂ ਤੁਸੀਂ ਯੂਕੇ ਸਟੂਡੈਂਟ ਵੀਜ਼ਾ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਦੇ ਹੋ, ਸਟੂਡੈਂਟ ਦੇ ਨਾ ਦਿਮਾਗ 'ਚ ਇੱਕ ਚੀਜ਼ ਆ ਜਾਂਦੀ ਕਿ ਮੈਂ ਆਪਣੇ ਏਜੰਟ ਕੋ ਆਫਰ ਲੈਟਰ ਅਪਲਾਈ ਕੀਤੀ ਹੈ। ਤੁਹਾਡਾ ਇਕੱਲਾ ਏਜੰਟ ਨਹੀਂ ਹੈ ਜਿਹਨੂੰ ਕਾਲਜ ਦੇ ਨਾਲ ਟਾਇਅਪ ਹੈ, ਨਾ ਤੁਹਾਡਾ ਏਜੰਟ, ਨਾ ਤੁਹਾਡਾ ਸ਼ਹਿਰ, ਨਾ ਤੁਹਾਡਾ ਰੀਜਨ ਔਰ ਨਾ ਤੁਹਾਡੀ ਕੰਟਰੀ। ਐਪਲੀਕੇਸ਼ਨ ਅਪਲਾਈ ਹੁੰਦੀ ਹੈ ਅਰਾਊਂਡ ਦੀ ਗਲੋਬ, ਪੂਰੀ ਦੁਨੀਆ ਭਰ ਤੋਂ ਐਪਲੀਕੇਸ਼ਨ ਯੂਨੀਵਰਸਿਟੀਜ਼ 'ਚ ਜਾਂਦੀਆਂ। ਸੋ ਜਿਹੜੇ ਐਪਲੀਕੈਂਟਸ ਨੇ ਪਹਿਲਾਂ ਅਪਲਾਈ ਕੀਤਾ ਹੁੰਦਾ ਉਹਦੀ ਲੈਟਰਸ ਪਹਿਲਾਂ ਆਉਂਦੀਆਂ। ਸੋ ਲਾਸਟ ਅਗਰ ਆਪਾਂ ਪਿੱਛੇ ਗੱਲ ਕਰਦੇ ਹਾਂ ਸਪਤੰਬਰ ਇਨਟੇਕ ਦੀ, ਕਈ ਜਣੇ ਇੱਦਾਂ ਦੇ ਸੀਗੇ ਕਿ ਸਪਤੰਬਰ ਕਰ ਲਾਂਗੇ, ਦੈਨ ਉਹ ਸਟੂਡੈਂਟ ਸ਼ਿਫਟ ਹੋਇਆ ਜੈਨ ਇਨਟੇਕ ਦੇ ਵਿੱਚ। ਸਟਿਲ ਇੱਦਾਂ ਦੇ ਵੀ ਐਪਲੀਕੈਂਟ ਸੀਗੇ ਜੇ ਟਾਈਮਲੀ ਪ੍ਰੋਸੈਸ ਨਹੀਂ ਕਰਾ ਪਾਏ, ਉਹ ਅੱਗੇ ਦੇ ਇਨਟੇਕਸ ਦੇ ਵਿੱਚ ਗਏ ਆ। ਸੋ ਲਾਸਟ ਚਾਂਸ ਆ ਉਹਨਾਂ ਐਪਲੀਕੈਂਟਸ ਦੇ ਲਈ ਜਿਹੜੇ ਮਈ ਇਨਟੇਕ ਅਪਲਾਈ ਕਰਨਾ ਚਾਹੁੰਦੇ ਆ, ਤੁਸੀਂ ਸਮਾਂ ਨਾ ਬਰਬਾਦ ਕਰੋ ਕਿਉਂਕਿ ਹੁਣ ਕ੍ਰਿਸਮਸ ਨਿਊ ਈਅਰ ਦੀ ਵੀ ਛੁੱਟੀਆਂ ਆਉਣੀਆਂ। ਸੋ ਆਲਮੋਸਟ ਯੂਨੀਵਰਸਿਟੀਜ਼ ਅੰਬੈਸੀਜ ਕਲੋਜ਼ ਰਹਿਣਗੀਆਂ। ਸੋ ਜਿਹੜੇ ਐਪਲੀਕੈਂਟਸ ਵੀ ਹੈ ਯੂਕੇ ਜਾਣਾ ਚਾਹੁੰਦੇ ਹੋ, ਪਲੱਸ ਟੂ 2021 ਜਾਂ 22 ਪਾਸ ਆਊਟ ਹੋ, 6 ਬੈਂਡ ਤੁਹਾਡੇ ਆਸ ਦੇ ਵਿੱਚ ਹੈ, ਗ੍ਰੈਜੂਏਸ਼ਨ 2016 ਓਨਵਰਡ ਹੋ, ਯੂਕੇ ਜਾਣਾ ਚਾਹੁੰਦੇ ਹੋ, ਸਿੰਗਲ ਜਾਣਾ ਚਾਹੁੰਦੇ ਹੋ ਜਾਂ ਆਪਣੇ ਸਪਾਊਸ ਨੂੰ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਸਮਾਂ ਨਾ ਬਰਬਾਦ ਕਰੋ, ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟ ਚੱਕੋ, ਆਫਿਸ ਵਿਜ਼ਿਟ ਕਰੋ ਅਤੇ ਆਪਣੇ ਯੂਕੇ ਜਾਣ ਦਾ ਮਈ ਇਨਟੇਕ ਦਾ ਸਪਨਾ ਸਾਕਾਰ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 1-100-6-1-100-60। ਧੰਨਵਾਦ।